ਸਤਿਗੁਰੂ ਗੁਰਜੀ ਮੈਂ ਥਾਰਾ ਗੱਲਾਂ ਗਲਾਖਣ ਪਾਰਨਜੀਤ ਲਾਡਾ ਲਾਡਾ ਡਿਸਕਸ਼ਨ ਡੇੜੇ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਜਿਤਨੇ ਮੇਰੇ ਵੀਰ ਭੈਣ ਭਾਈ ਮਾਰੇ ਪ੍ਰੋਗਰਾਮ ਨੂੰ ਸੁਣਾ ਸਾਰਿਆਂ ਦਾ ਤਹਿ ਦਿਲ ਤੇ ਧੰਨਵਾਦ ਕਰਾਂ ਔਰ ਕੱਲ੍ਹ ਕੇ ਪ੍ਰੋਗਰਾਮ ਨੂੰ ਥਾਨਾ ਬਹੁਤ ਪਿਆਰ ਦਿਆ ਲਾਡੇ ਕੇ ਪੈਗੀ ਤਰਨ ਇਸ ਫਿਲਮ ਨੂੰ ਥਾਨਾ ਬਹੁਤ ਪਿਆਰ ਸਕਾਰ ਦਿਆ ਥਾਰਾ ਬਹੁਤ ਬਹੁਤ ਧੰਨਵਾਦ ਕਰਾਂ ਜਿਸ ਵੀਰ ਨੇ ਹਲੇ ਵੀ ਬਾ ਫਿਲਮ ਨਹੀਂ ਦੇਖੀ ਜ਼ਰੂਰ ਦੇਖਿਓ ਵੀਰ ਹਾਸੇ ਵਿਅੰਗ ਬਹੁਤ ਜ਼ਰੂਰੀ ਵੀਰ ਕਿਉਂਕਿ ਟੈਨਸ਼ਨਾਂ ਭਰੀ ਜ਼ਿੰਦਗੀ ਦੇ ਵਿੱਚ ਮਾ ਕਿਤੇ ਨਾ ਕਿਤੇ ਸੁੱਖ ਸੁਵਿਧਾ ਦੇਣੇ ਕੀ ਆਪਾਂ ਕੋਸ਼ਿਸ਼ ਕਰਾਂ ਜਿਸ ਦੇ ਵਿੱਚ ਮਾ ਕਾਫੀ ਮੇਰੇ ਵੀਰ ਭੈਣ ਭਾਈਆਂ ਨੇ ਮਾਨੂੰ ਕੱਲ ਕਮੈਂਟ ਕਰੇ ਔਰ ਕੱਲ ਕਈ ਵੀਰਾਂ ਨੇ ਕਈ ਬਾਤਾਂ ਮਾਰੇ ਗੱਲ ਸਾਂਝੀਆਂ ਕਰੀਆਂ ਵਾ ਸਾਰੇ ਵੀਰ ਭੈਣ ਭਾਈਆਂ ਦਾ ਧੰਨਵਾਦ ਕਰਾਂ ਔਰ ਜਿਤਨੇ ਵੀ ਮੇਰੇ ਵੀਰ ਭੈਣ ਭਾਈ ਉਰਾ ਯੋ ਇਸ ਪ੍ਰੋਗਰਾਮ ਨੂੰ ਸੁਣਾ ਫਿਲਮ ਜਿਸਨੇ ਦੇਖ ਲਈ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਦੇਖੀ ਬਾ ਜਰੂਰ ਦੇਖ ਲਿਓ ਵੀਰ ਬੜੀਆਂ ਖਬਰਾਂ ਦੇ ਉੱਪਰ ਨਿਗਾਹ ਮਾਰेंगे ਪਰ ਪੰਜਾਬ ਦੇ ਵਿੱਚ ਵਾ ਕਣਕ ਦੇ ਸੈਂਪਲ ਫੇਲ ਇਹ ਸੈਂਪਲ ਫੇਲ ਗਿਆ ਖਬਰਾਂ ਨਿਕਲ ਕੇ ਬਾਹਰ ਆਣ ਲੱਗ ਗਿਆ ਜਿੱਥਾ ਪੰਜਾਬ ਦੇ ਵਿੱਚ ਵਾ ਭਗਵੰਤ ਮਾਨ ਦੀ ਸਰਕਾਰ ਨੇ ਪਹਿਲੇ ਦਿਨ ਰਿਕਾਰਡ ਤੋੜ ਜਿਹੜੀ ਮਤਲਬ ਕਹਿ ਲਿਓ ਵੀਰ ਖਰੀਦਾਰੀ ਕਰੀ ਰਿਕਾਰਡ ਤੋੜ ਇਹ ਕੱਲ ਵੀ ਕਣਕ ਚੱਕੀ ਗਈ ਅਰ ਕਿਤਨਾ ਕਿਤੇ ਇੱਕ ਬੜਾ ਸਵਾਲ ਹੀ ਖੜਾ ਹੋ ਗਿਆ ਕਿ ਆ ਬਾਕੇ ਵੀ ਯੋ ਕਣਕ ਦੇ ਸੈਂਪਲ ਫੇਲ ਹੋ ਰਹੇ ਜਾਂ ਫਿਰ ਕੇਂਦਰੀ ਏਜੰਸੀਆਂ ਨੇ ਯੋ ਖਰੀਦ ਬੰਦ ਕਰਤੀ ਅਡਾਨੀਆਂ ਕੀ ਜਿਹੜੇ ਉਥਾ ਬੜੇ ਬੜੇ ਗਦਾਮ ਬਣਾਏ ਹੋਏ ਕਿ ਆ ਅਡਾਨੀਆਂ ਪਾ ਯੋ ਜ਼ਿੰਮੇਦਾਰ ਭੱਜेंगे ਉਧਰ ਨੂੰ ਬਈ ਯੋ ਕਣਕ ਉੱਥਾ ਜਾ ਕੇ ਵੇਚੋ ਉੱਥਾ ਜਾ ਕੇ ਕੋਈ ਸੈਂਪਲ ਦਾ ਰੌਲਾ ਨਹੀਂ ਕੋਈ ਟੈਂਪਲ ਦਾ ਰੌਲਾ ਨਹੀਂ ਕਿਆ ਯੋ ਸੈਂਟਰ ਸਰਕਾਰ ਕੀ ਸਾਜ਼ਿਸ਼ ਇਸਕੇ ਉੱਪਰ ਜ਼ਰੂਰ ਕਮੈਂਟ ਦਿਓ ਵੀ ਪੰਜਾਬ ਮਾ ਕਣਕ ਕੇ ਸੈਂਪਲ ਫੇਲ ਕਰ ਕਾ ਕੇਂਦਰੀ ਖਰੀਦ ਏਜੰਸੀਆਂ ਨੇ ਖਰੀਦ ਨੂੰ ਬੰਦ ਕਰ ਤਿਆ ਕਿਆ ਇਸਕੇ ਗੈਲਿਵ ਅੰਡਾਨੀਆਂ ਕੀ ਯੋ ਜਿਹੜੀ ਮਤਲਬ ਉੱਥਾ ਬੜੇ ਬੜੇ ਗਦਾਮ ਬਣਾਏ ਹੋਏ ਉਸ ਪਾਸੇ ਨੂੰ ਈਵ ਕਿਸਾਨ ਮੂਵਮੈਂਟ ਕਰਨਾ ਸ਼ੁਰੂ ਕਰੇਗਾ ਔਰ ਇਸਕੇ ਗੈਲਗਲਾ ਬਿਜਲੀ ਵਿਭਾਗ ਨੇ ਯੋ ਕਹ ਲੋ ਵੀਰੇ ਸਾਫਕਾ ਕੈਬਨਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਵੀਰਾ ਨੋਟਿਸ ਤੇ ਜਿਆ ਨੋਟਿਸ ਦੇ ਵਿੱਚ ਮ ਜਿਹੜੀਆਂ ਚੀਜ਼ਾਂ ਲਿਖੀਆਂ ਵੀਰ ਕੋਈ ਬਹੁਤ ਮਹਿੰਗੀਆਂ ਵੀ ਕਹਿ ਨਹੀਂ ਸਕਦੇ ਬਹੁਤ ਬੜੀਆਂ ਵੀ ਨਹੀਂ ਕਹਿ ਸਕਦੇ ਵੀ ਜਿਹੜੀ ਚੀਜ਼ਾਂ ਰਜ਼ੀਆ ਸੁਲਤਾਨਾ ਨੂੰ ਚਾਕਾ ਘਰਾਂ ਲੈ ਕੇ ਜਾਣੀਆਂ ਪੈਗੀਆਂ ਐਸੀ ਕਿ ਆ ਮਜਬੂਰੀ ਬਣ ਗਈ ਸੀ ਐਸੀ ਕਿਹੜੀ ਚੀਜ਼ ਕੀ ਲੋੜ ਪੈ ਗਈ ਸੀ ਰਜ਼ੀਆ ਸੁਲਤਾਨਾ ਨੂੰ ਜਿਹੜੀ ਮਤਲਬ ਘਰਾਂ ਲਜਾ ਕੇ ਉਸ ਨੂੰ ਉਸਕੇ ਉੱਪਰ ਕੰਮ ਕਰਨਾ ਪੈ ਗਿਆ ਆਰ ਵੀਰਾ ਇਹ ਭਗਵੰਤ ਬੰਨੂ ਇੰਦਾ ਕਿਆ ਕਰਦਾ ਕੁਲਫੀ ਗਰਮਾ ਗਰਮ ਇਹ ਕੁਲਫੀ ਬਾਕੀ ਗਰਮਾ ਗਰਮ ਹੋ ਗਈ ਲੱਖ ਲਣ ਤੇ ਇਤਰਾਗੇ ਮੰਤਰੀ ਜਿਨ੍ਹਾਂ ਨੂੰ ਪੂਰਾ ਸਾਰਮ ਨਹੀਂ ਆਈ ਵੀ ਤੁਹਾਨੂੰ ਸਰਕਾਰੀ ਜੇ ਅਗਲੇ ਨਾਲ ਕੁਆਟਰ ਦੇਤਾ ਕੋਠੀ ਦੇਤੀ ਕਟੋਗੜ ਸਮਾਨਤਾ ਨਾਲ ਪੱਟ ਕਲੀ ਜੋ ਜਿਹੜੇ ਬੰਦਿਆਂ ਨੇ ਫਰਿੱਜ ਹੀਟਰ ਕੂਲਰ ਇਹ ਚੀਜ਼ਾਂ ਨਹੀਂ ਛੱਡੀਆਂ ਬਾ ਦੇਸ਼ ਦੇ ਵਿੱਚ ਮਾਂ ਦੇਸ਼ ਗਿਆ ਆ ਸੂਬੇ ਕੀ ਚੀਜ਼ਾਂ ਦੇ ਉੱਪਰ ਕਿਤਨੀ ਖਾਪ ਛੱਡ ਕੇ ਗਏ ਹੋਣੇ ਬਾਕੀ ਵੀਰਾਂ ਆਪਾਂ ਨੇ ਮੋੜ ਦੇ ਜੋ ਬਾਤ ਬਣ ਗਈ ਵੀ ਮਾਨੂੰ ਤਾਂ ਫ੍ਰੀ ਵਾਲੀ ਆਦਤ ਪਈ ਵੀ ਫ੍ਰੀ ਵਾਲੀ ਚੀਜ਼ਾਂ ਦੀ ਆਦਤ ਕੇ ਵਿੱਚ ਮਾਰੇ ਲੋਕ ਉਲਝੇ ਵੇਰ ਮਾਰੇ ਬੰਦਿਆਂ ਨੇ ਜੋ ਫ੍ਰੀ ਕੇ ਹਾਤਾ ਪਾਈਏਵੇਂ ਜਿਸ ਕਰਕੇ ਕਹਿ ਲੋ ਵੀਰਾ ਜੋ ਫ੍ਰੀ ਵਾਲੀ ਚੀਜ਼ਾਂ ਦੇ ਉੱਪਰ ਆਪਾਂ ਜ਼ਿਆਦਾ ਫੋਕਸ ਕਰਨ ਲੱਗ ਗਏ ਉਹੀ ਕੰਮ ਮੰਤਰੀਆਂ ਨੇ ਫਾੜ ਲਿਆ ਟੀਵੀ ਫ੍ਰਿਜ ਈਸਕੇ ਉੱਪਰ ਦਿਲ ਬੇਈਮਾਨ ਹੋ ਗਿਆ ਵੀਰਾ ਸਮਾਨ ਚੱਕਣ ਲੱਗੇ ਬੰਦੇ ਨੂੰ ਪਤਾ ਲੱਗੇ ਜਾਂ ਵੀ ਉਹ ਸਮਾਨ ਬੇਰਾ ਜਾਂ ਕਿਸੇ ਹੋਰ ਕਾ ਟੀਵੀ ਹੀਟਰ ਵਗੈਰਾ ਯੋ ਆਮ ਚੀਜ਼ਾਂ ਜਿਹੜੀਆਂ ਜਦ ਇਹਨਾਂ ਨੇ ਯੋ ਨਹੀਂ ਛੱਡੀਆਂ ਫਿਰ ਪੰਜਾਬ ਬਹੁਤ ਹੋਰ ਕੀਆ ਛੱਡਿਆ ਹੋਣਾ ਪਰ ਸਭ ਤੋਂ ਵੱਡੀ ਗੱਲ ਯੋ ਜਿਸਕੇ ਉੱਪਰ ਮੈਨੂੰ ਬਹੁਤ ਬੜੀ ਹੈਰਾਨੀ ਹੋਈ ਬਾਅਦ ਬਾਅਦ ਯੋ ਵੀ ਰਾ ਭਾਈ ਬਾਜਬਾ ਰਾਜਾ ਬੜਿੰਗ ਸਖਪਾਲ ਖਹਿਰਾ ਯੋ ਤਿੰਨ ਬੰਦੇ ਇਸ ਮਾਮਲੇ 'ਮ ਬਿਲਕੁਲ ਚੁੱਪ ਬੈਠੇ ਇਹਨਾਂ ਨੇ ਬਿਲਕੁਲ ਨਹੀਂ ਤਾਂ ਉਹ ਬਿਲ ਕਹਿ ਰਹੇ ਸਖਪਾਲ ਖਹਿਰਾ ਤੋਂ ਮੌਕਾ ਛੱਡਦਾ ਹੀ ਨਹੀਂ ਬਿਰਸਕਪਾਲ ਖਹਿਰਾ ਤੋਂ ਜਦ ਵੀ ਕਿਤੇ ਕੋਈ ਗੱਲਬਾਤ ਹੋ ਜਾ ਸਕਪਾਲ ਖਹਿਰਾ ਸਭ ਤੋਂ ਪਹਿਲਾਂ ਬੋਲਾ ਪਰ ਸਕਪਾਲ ਖਹਿਰੇ ਨੇ ਇਸ ਮਾਮਲੇ 'ਮਾ ਕੋਈ ਬਿਆਨ ਨਹੀਂ ਦਿਆ ਕੋਈ ਗੱਲ ਨਹੀਂ ਕਹੀ ਵੀ ਉਹ ਗੱਲ ਸਹੀ ਕਰੀ ਗਲਤ ਕਰੀ ਇਸ ਦੇ ਉੱਪਰ ਕੋਈ ਵਿਚਾਰ ਸਕਪਾਲ ਸਿੰਘ ਖਹਿਰੇ ਕਾ ਨਿਕਲ ਕਾ ਨਹੀਂ ਆਇਆ ਆ ਰੁਦਰ ਪੰਜਾਬ ਕੇ ਮੁੱਦਿਆਂ ਬਾਤ ਚ ਉਪਰ ਰਹਿਣੇ ਵਾਲੇ ਆਮ ਆਦਮੀ ਪਾਰਟੀ ਕੇ 91 ਵਿਧਾਇਕ ਕਹਿ ਰਹੇ ਭਾਈਓ ਸਿੱਧੂ ਮੂਸੇ ਵਾਲੇ ਦੇ ਗਾਣੇ ਵਾ ਕਿਤਰਾ ਬੋਲ ਪਏ ਯੋ ਡਾਕਟਰ ਧਰਮबीर ਗਾਂਧੀ ਦਾ ਬੜਾ ਬਿਆਨ ਜਿਸ ਦੇ ਬਾਅਦ ਕੱਲ ਕੀ ਪੰਜਾਬ ਦੀ ਸਿਆਸਤ ਕਾਫੀ ਬੁਰੀ ਤਰ੍ਹਾਂ ਹਿਲ ਗਈ ਕਿਆ ਬਾਤ ਹੈ ਯੋ ਗੱਲ ਸੱਚ ਐਸੇ ਦੇਖਿਆ ਜਾਵੇ ਵੀਰੋ ਡਾਕਟਰ ਧਰਮबीर ਗਾਂਧੀ ਸਵਾਲ ਉਸਨੇ ਸਹੀ ਚੱਕਿਆ ਗੁੱਸਾ ਕਰੋ ਗਿਲਾ ਕਰੋ 92 ਵਿਧਾਇਕ ਇਹਨਾਂ ਨੇ ਚੰਡੀਗੜ੍ਹ ਵਾਲਾ ਮੁੱਦਾ ਜਦ ਨਹੀਂ ਕੋਈ ਬੋਲਿਆ ਪਾਣੀ ਦੇ ਮੁੱਦੇ 'ਤੇ ਕੋਈ ਨਹੀਂ ਬੋਲਿਆ ਬਿਜਲੀ ਦੇ ਮੁੱਦੇ 'ਤੇ ਕੋਈ ਨਹੀਂ ਬੋਲਿਆ ਈ ਬਬੀਰੇ ਸਾਰੇ ਬੰਦੇ ਜਿਹੜੇ ਇਹਨਾਂ ਨੇ ਇਹ ਕਹਿ ਲਓ ਸਿੱਧੂ ਮੂਸੇ ਵਾਲੇ ਦੇ ਦਵਾਲੇ ਹੋ ਗਏ ਸਾਰੇ ਬੰਦੇ ਕਾ ਵੀ ਸਿੱਧੂ ਮੂਸੇ ਵਾਲੇ ਨੂੰ ਬੋਲੋ ਪਤਾ ਨਹੀਂ ਕਿਤਨੀ ਜਲਦੀ ਫੇਮਸ ਹੋ ਜੰਗੇ ਇਸ ਤਰ੍ਹਾਂ ਦੀਆਂ ਬਾਤਾਂ ਹੀ ਸੁਣਨ ਨੂੰ ਮਿਲ ਰਹੀਆਂ ਪਾਰ ਕਿਤੇ ਨਾ ਕਿਤੇ ਆਪਾਂ ਇਸ ਨੂੰ ਕਹਿ ਸਕਾਂ ਬਾਈ ਇਹ ਇੱਕ ਬੜੀ ਟੈਨਸ਼ਨ ਆ ਔਰ ਇੱਕ ਬੜਾ ਸਵਾਲ ਖੜਾ ਹੋ ਗਿਆ ਕੀ ਆ ਵਾਕਈ ਇਹ ਚੀਜ਼ਾਂ ਹੋ ਰਹੀਆਂ ਔਰ ਬਾਕੀ ਕਹਿ ਲਿਓ ਵੀਰੇ ਡਾਕਟਰ ਤਰਮੀਰ ਗਾਂਧੀ ਬਾ ਲੀਡਰਤਾ ਜਿਸ ਨੂੰ ਆਮ ਆਦਮੀ ਪਾਰਟੀ ਨੇ ਮੈਂਬਰ ਪਾਰਲੀਮੈਂਟ ਬਣਾਇਆ ਧਰ ਲੋਕਾਂ ਨੇ ਡਾਕਟਰ ਧਰਮਵੀਰ ਗਾਂਧੀ ਦੇਖਿਆ ਹਿੰਦਾ ਪਟਿਆਲੇ ਜ਼ਿਲ੍ਹੇ ਮਾ ਕੌਣ ਬੰਦਾ ਆਰ ਵੀ ਡਾਕਟਰ ਧਰਮਵੀਰ ਗਾਂਧੀ ਨੇ ਆਪਣੇ ਪੈਰਾ ਪਾਪ ਕੋਹਾੜਾ ਮਾਰ ਲਿਆ ਵੀਰ ਯੋ ਕਹਿ ਲੋ ਪਾਰਟੀ ਛੱਡਣ ਦੇ ਬਾਅਦ ਡਾਕਟਰ ਧਰਮਵੀਰ ਗਾਂਧੀ ਕਿਸੇ ਪਾਸੇ ਵੀ ਸੂਤ ਨਹੀਂ ਆਇਆ ਯੋ ਇੱਕ ਬੜਾ ਸਵਾਲ ਬਣ ਗਿਆ ਪਾਰ ਵੀਰ ਕਿਤੇ ਨਾ ਕਿਤੇ ਯੋ ਕਹਿ ਸਕਾਂ ਬਈ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਾਂਗਰਸ ਪਾਰਟੀ ਤਿਆਰ ਕਰੀ ਕੈਪਟਨ ਅਮਰਿੰਦਰ ਸਿੰਘ ਨੇ ਲੱਜਿਆ ਵੀਰ ਫਿਰ ਡਾਕਟਰ ਧਰਮਵੀਰ ਗਾਂਧੀ ਤਾਂ ਵਿਚਾਰਾ ਕਿੱਥੇ ਲੱਜਣਾ ਦਾ ਆਰੇ ਕਿਹਦੇ ਨਾਲ ਕਿਤੇ ਜੋ ਕਹ ਲੋ ਵੀਰਾ ਇਹ ਪੰਜਾਬ ਦੇ ਅੰਦਰ 2024 ਦਾ ਕਾਂਗਰਸ ਕੀ ਇਲੈਕਸ਼ਨ ਯੋ ਟਿਕਟ ਪਰ ਇਲੈਕਸ਼ਨ ਲੜ ਸਕਾ ਇਸ ਤਰ੍ਹਾਂ ਖਬਰਾਂ ਨਿਕਲ ਕਾ ਰਹੀਆਂ ਪਟਿਆਲਾ ਸੀਟ ਤੇ ਪਰ ਪਟਿਆਲਾ ਸੀਟ ਜੀ ਤਾਂ ਕਾਂਗਰਸ ਕੀ ਰਿਜ਼ਰਵ ਸੀਟ ਰਿਜ਼ਰਵ ਸੀਟ ਮਤਲਬ ਕਹ ਲੋ ਵੀ ਪ੍ਰਨੀਤ ਕੌਰ ਇਸ ਸੀਟ 'ਤੇ ਉੱਪਰ ਚੋਣਾ ਲੜੇ ਕਰਦੀ ਪਰ ਇਹ ਬੀਬੀ ਪ੍ਰਨੀਤ ਕੌਰ ਨੂੰ ਵੀ ਮੈਨੂੰ ਲੱਗਦਾ ਵੀ ਉਹ ਸੀਟ ਮਿਲੇਗੀ ਕਿਉਂਕਿ ਯੋ ਕਾਰਨ ਦੱਸੋ ਨੋਟਿਸ ਬੀਬੀ ਪਰਨੀਤ ਕੌਰ ਨੂੰ ਵੀ ਜਾਰੀ ਹੋਏ ਕਿਉਂਕਿ ਬੀਬੀ ਪਰਨੀਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਕੇ ਹੱਕਮਾਂ ਪ੍ਰਚਾਰ ਕਰਿਆ ਤਾਂ ਵਿਧਾਨ ਸਭਾ ਚੋਣਾਂ ਦਾ ਬਾਕੀ 92 ਇਹ ਜਿਹੜੇ ਵਿਧਾਇਕ ਇਹ ਕੇਜਰੀਵਾਲ ਕੇ ਮੂਹਰੇ ਨਹੀਂ ਬੋਲ ਸਕਦੇ ਨਵੇਂ ਬੰਦੇ आले ਸੰਗਾ ਸੰਗ ਸੰਗਾਊ ਬੰਦੇ ਹੋਣ ਕਰਕੇ ਵੀਰ ਇਹ ਕੈਪਟਨ ਅਮਰਿੰਦਰ ਇਹ ਮਤਲਬ ਕੇਜਰੀਵਾਲ ਕੇ ਸਾਹਮਣੇ ਇਹ ਬੋਲਣੇ ਦੀ ਜ਼ਰੂਰਤ ਨਹੀਂ ਰੱਖਦੇ ਇਹ ਕਹਿ ਸਕਾਂ ਕਿ ਦਿਨ ਕਿਤੇ ਇਹੋ ਗੱਲ ਡਾਕਟਰ ਧਰਮਬੀਰ ਗਾਂਧੀ ਕੀ ਵੀ ਸੱਚੀ ਅਰਦਰ ਬਹੁਤ ਜਲਦ ਕਹਿ ਰਹੇ ਭਗਵਾਨਤਮਾਨ ਦੀ ਸਰਕਾਰ بڑا ਐਲਾਨ ਕਰੇਗੀ ਚੰਗੀ ਖਬਰ ਦਵੇਗੀ ਲੋਕਾਂ ਨੂੰ ਸੋਸ਼ਲ ਮੀਡੀਆ ਅਖਬਾਰਾਂ ਪਾ ਪੁੱਛਿਆ ਜਾ ਰਿਹਾ ਵੀ ਕੀ ਇਸ ਤਰ੍ਹਾਂ ਦਾ ਐਲਾਨ ਹੋਵੇਗਾ ਕੀ ਐਸਾ ਕਰੇਗਾ ਯੋ ਕੀ ਇਸ ਤਰ੍ਹਾਂ ਦੀ ਚੀਜ਼ਾਂ ਆਉਣਗੀਆਂ ਨਿਕਲਗਾ ਜਿਸ ਨਾਲ ਵੀ ਆਮ ਲੋਕਾਂ ਨੂੰ ਬੜਾ ਫਾਇਦਾ ਹੋਵੇਗਾ ਪਰ ਲੋਕਾਂ ਕੇ ਆਪਣੇ ਆਪਣੇ ਤਰਕ ਆਪਣੀਆਂ ਆਪਣੀਆਂ ਬਾਤਾਂ ਅਰ ਕਿਆ ਕਿਆ ਐਲਾਨ ਕਰਨਗੇ ਕੀ ਐਲਾਨ ਕਰਨਗੇ ਮੈਂ ਤਾਂ ਕਾ ਵੀ ਹੱਥ ਜੋੜ ਕੇ ਬੇਨਤੀ ਕਰਾਂ ਵੀ ਕੋਈ ਚੱਜ ਦੀ ਚੀਜ਼ ਦਾ ਐਲਾਨ ਕਰਿਓ ਬਹੁਤ ਦੁਖੀ ਲੋਕ ਨੰਬਰ ਦਾ ਨਲਾਨ ਕਰ ਦਿਓ ਕਿਉਂਕਿ ਭਗਵੰਤ ਮਾਨ ਹਰੇਕ ਬਾਤ ਮੈਂ ਨੰਬਰ ਕੱਢ ਕੇ ਰੱਖਦਾ ਮੂਰਾ ਆਰ ਬਾ ਕਾਇਦਾ ਵੀ ਯੋ ਨੰਬਰ ਵਾ ਕਾਲ ਕਰੋ ਫਿਰ ਤੁਹਾਨੂੰ ਦੱਸਾਂਗੇ ਥਾਣਾ ਕੀ ਕਰਨਾ ਕੀ ਨਹੀਂ ਕਰਨਾ ਕਿਸ ਨੂੰ ਦੱਬਣਾ ਕਿਸ ਨੂੰ ਛੱਡਣਾ ਯੋ ਚੀਜ਼ੋ ਆ ਬਾਕੀ ਯੋ ਕਹ ਲੋ ਮੇਰੇ ਕਣਕ ਦੀ ਬਾਡੀ ਚੱਲ ਰਹੀ ਆਰ ਕਣਕ ਦੀ ਬਾਡੀ ਦੇ ਵਿੱਚ ਮਾ ਬਿਰ ਲੋਕ ਹੈ ਵੀ ਬਹੁਤ ਵਿਜੀ ਟਾਈਮ ਹੈ ਨਹੀਂ ਕਿਸੇ ਪਾ ਆਰੇ ਉਧਰ 10 ਰੁਪਏ ਜੁੰਟ ਇਹ ਲੋਕ ਕਹ ਰਹੇ 10 ਰੁਪਏ ਜੁੰਟ ਵੀ ਕਰ ਸਕਾ ਪਰ ਹੁੱਥੇ ਕਿਤੇ ਨਾ ਕਿਤੇ ਇਹ ਕਹ ਲੋ ਐਲਾਨ ਜਿੰਨੇ ਮਰਜ਼ੀ ਕਰਵਾ ਲੋ ਐਲਾਨ ਕਰਨੇ ਗੱਲ ਕੁਛ ਨਹੀਂ ਐਲਾਨ ਤਾਂ ਚੰਨੀ ਵੀ ਕਰ ਗਿਆ ਦਾ ਵੀਰ ਉਹਨਾਂ ਨੂੰ ਲਾਗੂ ਜਾਦ ਕਰਨਗੇ ਜਦ ਦੇਖਿਆ ਜਾਵੇਗਾ ਵੀ ਆਖਰ ਇਸਕੇ ਵਿੱਚ ਮਾ ਬਣੇਗਾ ਕਿਹਾ ਹਰ ਸਿੱਧੂ ਮੂਸੇ ਵਾਲੇ ਦਾ ਗਾਣਾ ਅੱਜ ਵੀ ਇਹ ਕਹ ਲੋ ਟ੍ਰੈਂਡਿੰਗ Song ਦੇ ਵਿੱਚ ਮਾ ਜਾ ਰਿਹਾ ਸਿੱਧੂ ਮੂਸੇ ਵਾਲੇ ਕੀ ਇਹ ਕਹ ਲੋ ਵੀਰ ਜਿਹੜੀ ਇਹ ਸਬਦਾਬ ਲਈ ਤੁਸੀਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੰਦੇ ਬਾਤ ਓਕੇ ਹਰੀਨਾ ਨੇ ਆਪਣੇ ਆਪਣੇ ਤਰਕ ਇਸ ਗਾਣੇ ਲੈ ਕੇ ਆਦਾ ਏ ਔਰ ਪੰਜਾਬ ਸਰਕਾਰ ਨੂੰ ਲੈ ਕੇ ਨੌਜਵਾਨਾਂ ਨੂੰ ਬੜਾ ਤੋਹਫਾ ਨਮੀਆਂ ਨੌਕਰੀਆਂ ਕਿਉਂ ਭਗਵਾਨਤਮਾਨ ਸਰਕਾਰ ਨੇ ਸੈਨੀਟੇਸ਼ਨ ਵਿਭਾਗ ਵਾਂ ਕੱਟਤੀਆਂ ਹਰ ਕਿਤੇ ਨਾ ਕਿਤੇ ਉਹ ਕਹਿ ਸਕਾ ਵੀ ਭਗਵਾਨਤਮਾਨ ਨੇ ਜੋ ਵਾਦਾ ਕਰਿਆ ਤਾਂ ਹੌਲੀ ਹੌਲੀ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਔਰਦਰ ਅਸੀਂ ਅਡਾਨੀ ਸੈੱਲ ਦੇ ਵਿੱਚ ਮੈਂ ਫਸਲ ਵੇਚेंगे ਕਿਸਾਨ ਯੂਨੀਅਨ ਕਾਦੀਆਂ ਨੇ ਇਸ ਦਾ ਫੈਸਲਾ ਲਿਆ ਕਾ ਬਿਰ ਜਿਹੜੀ ਯੂਨੀ ਨਾਲ ਕਹਿ ਰੀਆਂ ਕਾ ਜੋ ਨਹੀਂ ਕਰਨਾ ਬਾਹਰ ਨਹੀਂ ਕਰਨਾ ਕਾ ਬਈ ਕਿਸਾਨਾਂ ਦੇ ਘਰਾਂ ਤੇ ਆ ਫਸਲ ਚੱਕ ਕੇ ਲੈ ਜਾਓ ਉਹਨਾਂ ਨੂੰ ਬਣਦਾ ਜੋ ਹੱਕ ਹੈ ਉਹਨਾਂ ਨੂੰ ਦੇ ਦਿਓ ਭਾਈ ਬਸ ਗੱਲ ਹੀ ਉਹ ਆ ਰਿਹਾ ਯੋ ਕਹ ਲੋ ਪੰਜਾਬ ਕੇ ਅੰਦਰ ਈ ਵੀਓ ਸੈਲਾਬ ਆ ਗਿਆ ਵੀ ਅਡਾਨੀਆਂ ਕੇ ਗਦਾਮਾਂ ਬਾ ਨਾਲੇ ਤੋਂ ਵਜਨਵਾ ਜੋਖਾਂ ਜਾਂ ਟ੍ਰੈਲੀ ਟ੍ਰੈਲੀ ਦਾ ਫਾਇਦਾ ਹੋ ਜਾ ਅਗਲੇ ਨੂੰ 4 ਪੈਸੇ ਵੱਧ ਬਣਾ ਆਰ 2-4 ਘੰਟਿਆਂ ਮੈਂ ਅਗਲੇ ਵਿਹਲੇ ਕਰਦਾ ਉੱਥਾ ਜੈਕ ਵਾਲੇ ਉਹ ਲਾਏ ਵੇ ਕੰਡੇ ਟਰਾਲੀ ਨੂੰ ਉੱਥਾ ਹੀ ਮੁੱਦੀ ਕਰ ਲਿਆ ਅਗਲੇ ਉੱਥਾ ਹੀ ਕਾਣਕ ਤਾਰਕ ਅਗਲੇ ਟਰਾਲੀ ਵਿਹਲੀ ਕਰਿਆ ਤਾਰ ਦਿਆਂ ਤਲੈ ਆਰ ਇਸ ਕਰਕੇ ਵੀ ਕਹਿ ਲੋ ਇਸ ਦਾ ਬੜਾ ਫਾਇਦਾ ਇਫ ਜੱਟ ਜ਼ਿੰਮੇਵਾਰਾਂ ਉੱਥਾ ਦੇਖਣ ਨੂੰ ਮਿਲ ਰਿਹਾ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਦੇ ਵਿੱਚ ਮੈਂ ਇਹ ਅੱਜ ਗਿਆ ਬੜੀਆਂ ਖਬਰਾਂ ਦੀਆਂ ਕੱਲੂ ਸੀ ਟਾਈਮ ਥਾਰੇ ਗੱਲ ਫੇਰ ਕਰਾਂਗੇ ਸਿੱਧੀ ਗੱਲ ਬਾਤ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਫ ਸਾਰਿਆਂ ਨੂੰ ਵੀਰ ਪਿਆਰ ਭਰੀ ਸਾਸਰੀ ਕਾ